आईबीएस रिकॉर्ड्स दा धार्मिक दार्मिक उपराला महला पंजवा रोग मिटाया आप मिटायाप्रभ उपजया सुख सांत वड अचरज रूप हर की दत रोग मिटाया आप आप्रभ ਉਪਜਿਆ ਸੁਖ ਸਾਤ ਵੱਡ ਪਰਤਾਬ ਅਚਰਜ ਰੂਪ ਹਰ ਕੀ ਨੀਂਦਾਂਤ ਗੁਰੂ गोविंद ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮਤਿਸ ਕੀ ਸਰਣਾ ਗਤੀ ਜੋ ਸਦਾ ਸਹਾਈ ਰਹਾਉ ਬਿਰਤੀ ਕਦੇ ਨ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਬਿਰਤੀ ਕਦੇ ਨ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਸਾਥ ਸੰਗਤ ਜੀਓ ਆਪਾਂ ਬੜੇ ਧਨਤਾ ਦੇ ਜੋਗ ਆ ਬੜੇ ਵੱਡਿਆਂ ਭਾਗਾਂ ਵਾਲੇ ਆ ਜੋ ਲਗਾਤਾਰ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਪਵਿੱਤਰ ਪਾਵਨ ਬਾਖ ਜੋ ਜੋ ਦੁਖ ਭੰਨੀ ਸਾਹਿਬ ਦੇ ਪਾਠ ਦੇ ਰੂਪ ਵਿੱਚ ਹਨ ਆਪਾਂ ਉਹਦੀ ਵਿਚਾਰ ਸਰਵਨ ਕਰਦੇ ਆ ਰਹੇ ਹਾਂ ਆਓ ਇਸੇ ਲੜੀ ਨੂੰ ਅੱਗੇ ਤੋਰੀਏ ਅੱਜ ਦਾ ਜਿਹੜਾ ਪਵਿੱਤਰ ਵਾਕ ਹੈ 17ਵਾਂ ਸ਼ਬਦ ਹੈ ਆਓ ਇਸ ਸ਼ਬਦ 'ਤੇ ਆਪਾਂ ਵਿਚਾਰ ਆਰੰਭ ਕਰੀਏ ਤੇ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਫਿਰ ਲਗਾਤਾਰ ਉਸੇ ਤਰ੍ਹਾਂ ਸਿੱਧੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਪਾਸੋਂ ਅਸੀਸ ਮੰਗੀਏ ਜੋਦੜੀ ਕਰੀਏ ਬੇਨਤੀ ਕਰੀਏ ਕਿ ਇਹ ਵਿਚਾਰ ਆਪੇ ਕਰਵਾ ਲੈਣ ਤੇ ਇਹ ਵਿਚਾਰ ਸਾਡੇ ਹਿਰਦੇ ਵਿੱਚ ਆਪੇ ਸਤਿਗੁਰੂ ਜੀ ਬਿਠਾ ਲੈਣ ਤੇ ਇਸ ਵਿਚਾਰ ਉਤੇ ਚੱਲਣ ਦੀ ਸੁਨੁਭਦੀ ਵੀ ਸਤਿਗੁਰੂ ਜੀ ਆਪੇ ਬਖਸ਼ਣ ਐਸੀ ਕਿਰਪਾ ਕਰਨ ਸਤਿਗੁਰੂ ਜੀ ਦੇਹਣ ਅਸੀਸ ਆਓ ਸੰਗਤ ਜੀ ਦੇਹੁ ਅਸੀਸ ਪਿਆਰ ਨਾਲ ਸਨਪਵਿੱਤਰ ਕਰੀਏ ਸਾਰੇ ਪਿਆਰ ਨਾਲ ਅਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਇਹ ਲਗਾਤਾਰੀ ਸ਼ਬਦ ਬਿਲਾਵਲ ਰਾਗ ਦੇ ਵਿੱਚ ਆ ਰਹੇ ਹਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਪਨਵੇਂ ਗੁਰਦੇਵ ਨੇ ਇਹ ਸ਼ਬਦ ਬਿਲਾਵਲ ਰਾਗ ਵਿੱਚ ਉਚਾਰਨ ਕੀਤਾ ਤੇ ਇਹ ਸ਼ਬਦ 1819 ਅੰਗ ਤੇ ਸशोभਤ ਹੈ ਧਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ ਉੱਤੇ ਆਓ ਇਸ ਸ਼ਬਦ ਦੀ ਪਰੰਪਤਾ ਕਰੀਏ ਸਤਿਗੁਰੂ ਜੀ ਕਹਿੰਦੇ ਹਨ ਰੋਗ ਮਿਟਾਇਆ ਆਪ ਪ੍ਰਭ ਉਪਜਿਆ ਸੁਖ ਸਾਤ ਸਤਿਗੁਰ ਕਹਿੰਦੇ ਹਨ ਕਿ ਜਿੰਨੇ ਵੀ ਦੁੱਖ ਹਨ ਜਿੰਨੀਆਂ ਮੇ ਤਕਲੀਫਾਂ ਹਨ ਜਿੰਨੇ ਵੀ ਰੋਗ ਹਨ ਉਹ ਸਤਿਗੁਰ ਜੀ ਨੇ ਖਤਮ ਕਰ ਦਿੱਤੀਆਂ ਹਨ ਰੋਗ ਮਟਾਇਆ ਆਪ ਪ੍ਰਭ ਪਰਮਾਤਮਾ ਨੇ ਆਪ ਖੁਦ ਆਪਣੇ ਹੱਥ ਦੇ ਨਾਲ ਮੇਰੇ ਦੁੱਖਾਂ ਉੱਤੇ ਮੇਰੀ ਬਿਮਾਰੀ ਉੱਤੇ ਮਲਮ ਲਾਈ ਆਪੇ ਦੁੱਖਾਂ ਉੱਤੇ ਮਲਮ ਲਾਈ ਆਪੇ ਬਿਮਾਰੀ ਨੂੰ ਦਵਾਈ ਦਿੱਤੀ ਹੈ ਪਰਮਾਤਮਾ ਨੇ ਆਪ ਹੀ ਸਾਰਾ ਰੋਗ ਸਾਰਾ ਦੁੱਖ ਮੇਰਾ ਦੂਰ ਹੋ ਗਿਆ ਉਪਜਿਆ ਸੁਖ ਸਾਤ ਤੇ ਜਦੋਂ ਬਿਮਾਰੀ ਨਿਕਲ ਗਈ ਰੋਗ ਦੂਰ ਹੋ ਗਏ ਦੁੱਖ ਦੂਰ ਹੋ ਗਏ ਤਕਲੀਫਾਂ ਦੂਰ ਹੋ ਗਈਆਂ ਫਿਰ ਸਿਹਤ ਸੁਪਾਇ ਸੁਖ ਤਾਂ ਕਰ ਵਿੱਚ ਆਉਣਾ ਹੀ ਆਉਣਾ ਹੈ ਤੇ ਸਤਿਗੁਰੂ ਕਹਿੰਦੇ ਸੁਖ ਪੈਦਾ ਹੋ ਗਿਆ ਤੇ ਸ਼ਾਂਤੀ ਮਿਲ ਗਈ ਮਨ ਨੂੰ ਸ਼ਾਂਤੀ ਮਿਲ ਗਈ ਪ੍ਰਮਾਤਮਾ ਰੋਗ ਮਿਟਾਉਂਦਾ ਹੈ ਪ੍ਰਮਾਤਮਾ ਦੁੱਖ ਮਿਟਾਉਂਦਾ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਸਤਿਗੁਰੂ ਜੀ ਹਰ ਇੱਕ ਬਿਮਾਰੀ ਤੋਂ निजात ਦਿਵਾਉਂਦੇ ਹਨ ਸਤਿਗੁਰੂ ਜੀ ਐਸੇ ਬਖਸ਼ਿੰਦ ਹਨ ਐਸੇ ਦਿਆਲੂ ਹਨ ਤੇ ਜਦੋਂ ਦੁੱਖ ਦੂਰ ਹੋ ਜਾਂਦਾ ਹੈ ਫਿਰ ਕੀ ਹੁੰਦਾ ਹੈ ਫਿਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਂਦਾ ਹੈ ਸੁੱਖ ਵੈਸੇ ਸੁੱਖ ਤੇ ਦੁੱਖ ਇਹ ਮੌਸਮ ਹੈ ਸੁੱਖ ਤੇ ਦੁੱਖ ਦੋਵੇਂ ਮੌਸਮ ਹੈ ਜਿਵੇਂ ਗਰਮੀ ਦਾ ਮੌਸਮ ਆਉਂਦਾ ਹੈ ਫਿਰ ਕੁਝ 4-5 ਮਹੀਨੇ ਬਾਅਦ ਮੌਸਮ ਤਬਦੀਲ ਹੁੰਦਾ ਹੈ ਫਿਰ ਸਰਦੀ ਦਾ ਮੌਸਮ ਆ ਜਾਂਦਾ ਹੈ ਫਿਰ ਮੌਸਮ ਬਦਲਦਾ ਤਬਦੀਲ ਹੁੰਦਾ ਹੈ ਕਦੀ ਪਤਝੜ ਆ ਜਾਂਦੀ ਹੈ ਕਦੀ ਮੌਸਮੇ ਬਹਾਰ ਆ ਜਾਂਦੀ ਹੈ ਕਦੀ ਹਨੇਰਾ ਹੋ ਜਾਂਦਾ ਹੈ ਤੇ ਕਦੀ ਚਾਨਣ ਹੋ ਜਾਂਦਾ ਹੈ ਕਦੀ ਸੂਰਜ ਅਸਤ ਹੋ ਜਾਂਦਾ ਕਦੀ ਸੂਰਜ ਚੜ ਜਾਂਦਾ ਉਗ ਜਾਂਦਾ ਹੈ ਦੁਨੀਆ ਦੇ ਵਿੱਚ ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਸਾਰੇ ਮੌਸਮ ਬਦਲਦੇ ਹਨ ਇਸੇ ਤਰ੍ਹਾਂ ਇਨਸਾਨ ਦੀ ਜ਼ਿੰਦਗੀ ਵਿੱਚ ਕਦੀ ਦੁੱਖ ਆਉਂਦਾ ਹੈ ਕਦੀ ਸੁੱਖ ਆਉਂਦਾ ਹੈ ਕਦੀ ਦੁੱਖ ਤੇ ਕਦੀ ਸੁੱਖ ਸੁਖ ਤੇ ਦੁੱਖ ਦੋਵੇਂ ਇਸ ਤਰ੍ਹਾਂ ਹੀ ਬਣੇ ਹਨ ਜੇ ਸਾਡੀ ਜ਼ਿੰਦਗੀ ਵਿੱਚ ਅੱਜ ਦੁੱਖ ਹੈ ਅੱਜ ਤਕਲੀਫ ਹੈ ਅੱਜ ਰੋਗ ਹੈ ਅੱਜ ਬਿਮਾਰੀ ਹੈ ਅੱਜ ਕਲੇਸ਼ ਹੈ ਅੱਜ ਸਾਡੀ ਜ਼ਿੰਦਗੀ ਵਿੱਚ ਬੜੀਆਂ ਤਕਲੀਫਾਂ ਨੇ ਬੜੀਆਂ ਟੈਨਸ਼ਨਾਂ ਨੇ ਤੇ ਕੱਲ ਸੁੱਖ ਵੀ ਆਵੇਗਾ ਸੁੱਖ ਵੀ ਆਵੇਗਾ ਕਿਉਂਕਿ ਇਹ ਕੱਪੜੇ ਹਨ ਕੱਪੜੇ ਹਨ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ ਮੈਂ ਤੇ ਹੈਰਾਨ ਹੁੰਨਾ ਕਿ ਲੋਕੀ ਕਮਲੇ ਹਨ ਕਮਲੇ ਹਨ ਕਿਉਂ ਕਮਲੇ ਹਨ ਕਹਿੰਦੇ ਕਿ ਦੁੱਖਾਂ ਨੂੰ ਛੱਡ ਕੇ ਸੁੱਖ ਮੰਗਦੇ ਹਨ ਕਮਾਲ ਦੀ ਗੱਲ ਹੈ ਕਿਉਂ ਮੰਗਦੇ ਵਸਤਰਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੇ ਕੱਪੜੇ ਹਨ ਜਿਸ ਤਰ੍ਹਾਂ ਇਨਸਾਨ ਦੇ ਕੱਪੜੇ ਮੈਲੇ ਹੋ ਜਾਂਦੇ ਆ ਫਿਰ ਇੱਕ ਵਸਤਰ ਮੈਲਾ ਹੁੰਦਾ ਫਿਰ ਉੱਜਲ ਕੱਪੜਾ ਪਾ ਲੈਂਦਾ ਦੂਸਰਾ ਤੋਤਾ ਨਵਾਂ ਪ੍ਰੈਸ ਕੀਤਾ ਹੋਇਆ ਕੱਪੜਾ ਪਾਉਂਦਾ ਹੈ ਜੇ ਫਿਰ ਉਹ ਪਾਉਂਦਾ ਹੈ ਬਾਜ਼ਾਰ ਜਾਂਦਾ ਹੈ ਆਪਣੀ ਨੌਕਰੀ ਤੇ ਵਪਾਰ ਚ ਜਾਂਦਾ ਹੈ ਕਿਤੇ ਲੋਕਾਂ ਨੇ ਵਿਚਰਦਾ ਹੈ ਫਿਰ ਗੰਦਾ ਹੋ ਜਾਂਦਾ ਹੈ ਫਿਰ ਅਗਲੇ ਦਿਨ ਫਿਰ ਤਬਦੀਲ ਕਰਦਾ ਹੈ ਨਵਾਂ ਪਾਉਂਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਦੁੱਖ ਤੇ ਸੁੱਖ ਦੋਵੇਂ ਕੱਪੜੇ ਹਨ ਜਿਵੇਂ ਇਨਸਾਨ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵਿਚਰਦੇ ਆ ਰੋਜ਼ਾਨਾ ਕੱਪੜੇ ਤਬਦੀਲ ਕਰਦਾ ਹੈ ਚੇਂਜ ਕਰਦਾ ਹੈ ਇਸੇ ਤਰ੍ਹਾਂ ਇਹ ਦੁੱਖ ਸੁੱਖ ਵੀ ਜ਼ਿੰਦਗੀ ਦਾ ਹਿੱਸਾ ਹੈ ਇਹ ਆਉਂਦੇ ਜਾਂਦੇ ਰਹਿੰਦੇ ਹਨ ਮੌਸਮ ਹੈ ਮੌਸਮ ਵਿੱਚ ਬਹਾਰ ਆਉਂਦੇ ਨੇ ਜੇ ਇਹ ਦੁੱਖ ਆਇਆ ਹੈ ਤੇ ਸਾਨੂੰ ਕਬਰਾਉਣਾ ਨਹੀਂ ਚਾਹੀਦਾ ਉਸ ਅੱਗੇ ਜੋਦੜੀ ਹੋ ਸਕੇ ਮਨਤ ਕਰਨੀ ਚਾਹੀਦੀ ਤੇ ਕੋਸ਼ਿਸ਼ ਕਰਨੀ ਚਾਹੀਦੀ ਵੇਖਣ ਦੀ ਕੀ ਵੇਖਣੀ ਦੀ ਕਿ ਸਾਨੂੰ ਇਹ ਦੁੱਖ ਕਿਉਂ ਮਿਲਿਆ ਕਿਉਂ ਮਿਲਿਆ ਜੋ ਕਿ ਕੋਈ ਨਾ ਕੋਈ ਕਾਰਨ ਤੇ ਹੁੰਦਾ ਹੈ ਨਾ ਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਆਉਂਦਾ ਹੈ ਜੇ ਮੰਨ ਲਓ ਐਗਜ਼ਾਮਪਲ ਹੈ ਜਿਵੇਂ ਡਾਕਟਰ ਨੇ ਕਿਹਾ ਹੈ ਡਾਕਟਰ ਨੇ ਹਦਾਇਤ ਦਿੱਤੀ ਹੈ ਕਿ ਤੂੰ ਕਿ 슈ਗਰ ਪੇਸ਼ੈਂਟ ਹੈ ਤੂੰ ਮਿੱਠਾ ਨਹੀਂ ਖਾਣਾ ਤੂੰ ਮਿੱਠਾ ਜ਼ਿਆਦਾ ਨਹੀਂ ਖਾਣਾ ਠੀਕ ਹੈ ਤੂੰ ਪਰਹੇਜ਼ ਰੱਖਣਾ ਹੈ ਪਾਣੀ ਜ਼ਿਆਦਾ ਪੀਣਾ ਹੈ ਤੂੰ ਸੋਚਣਾ ਵੀ ਜ਼ਿਆਦਾ ਨਹੀਂ ਹੈ ਪਰ ਉਹ ਸ਼ੂਗਰ ਦਾ ਪੇਸ਼ੈਂਟ ਇਸ ਗੱਲ ਨੂੰ ਭੁੱਲ ਜਾਵੇ ਉਹ ਮਿੱਠਾ ਵੀ ਖਾਈ ਜਾਵੇ ਇਧਰੋਂ ਬਰਫੀ ਆਈ ਸ਼ਕਲ ਇਧਰੋਂ ਰਸਗੁਲੇ ਆਏ ਸ਼ਕਲ ਇਧਰੋਂ ਮਠਿਆਈ ਆਈ ਸ਼ਕਲ ਤੇ ਟੈਨਸ਼ਨ ਵਿੱਚ ਵੀ ਰਹੇ ਤੇ ਪਰਹੇਜ਼ ਨਾ ਕਰੇ ਦਵਾਈ ਵੀ ਨਾ ਲਵੇ ਤੇ ਫਿਰ ਉਸ ਡਾਕਟਰ ਦਾ ਕਸੂਰ ਨਹੀਂ ਹੈ ਉਸ ਇਨਸਾਨ ਦਾ ਕਸੂਰ ਹੈ ਹੁਣ ਇੱਕ ਹਾਰਟ ਪੇਸ਼ੈਂਟ ਹੈ ਉਹਨੂੰ ਕਿਹਾ ਕਿ ਤੂੰ ਆਇਲੀ ਨਹੀਂ ਖਾਣਾ ਤੂੰ ਤਲੇਆ ਨਹੀਂ ਖਾਣਾ ਤੂੰ ਘਿਓ ਨਹੀਂ ਖਾਣਾ ਤੂੰ ਮੱਖਣ ਨਹੀਂ ਖਾਣਾ ਤੈਨੂੰ ਤੇਰੇ ਵਾਸਤੇ ਇਹ ਬਿਮਾਰੀ ਹੈ ਤੇਰੇ ਅੱਗੇ ਹੀ ਨਾੜਾਂ ਦੀ ਬਲੋਕਜ ਹੋਈ ਬੜੀ ਮੁਸ਼ਕਲ ਤੋਂ ਬਚੇ ਹੈ ਤੇ ਤੂੰ ਆਹ ਮੈਡੀਸਿਨ ਲੈਣੀ ਪਰ ਉਹ ਤਲੇ ਨਾ ਉਹ ਦਿਨੇ ਵੀ ਪਕੌੜੇ ਸ਼ਾਮੀ ਵੀ ਪਕੌੜੇ ਇਧਰੋਂ ਪੂੜੀਆਂ ਖਾ ਲੀਆਂ ਇਧਰੋਂ ਪਠੂਰੇ ਛੋਲੇ ਖਾ ਲੇ ਤਲਿਆ ਛੱਡੇ ਨਾ ਪਰੌਂਠੇ ਤਲ-ਤਲ ਕੇ ਖਾਵੇ ਤੇ ਉਤੋਂ ਦਵਾਈ ਵੀ ਨਾ ਲਵੇ ਫਿਰ ਕਸੂਰ ਡਾਕਟਰ ਦਾ ਨਹੀਂ ਉਸ ਬੰਦੇ ਦਾ ਫਿਰ ਉਸ ਬੰਦੇ ਨੂੰ ਜਾਨਣਾ ਚਾਹੀਦਾ ਹੈ ਕੋਸ਼ਿਸ਼ ਕਰਨੀ ਚਾਹੀਦੀ ਮੇਰੀ ਜ਼ਿੰਦਗੀ ਵਿੱਚ ਦੁੱਖ ਕਿਉਂ ਨਹੀਂ ਜਾ ਰਿਹਾ ਕਿਹੜੀ ਗੱਲ ਹੈ ਜੇ ਦੁੱਖ ਆ ਗਿਆ ਹੈ ਉਹ ਕਿ ਦੁੱਖ ਸੁੱਖ ਕੱਪੜੇ ਆ ਦੇਵੀ ਦੇਵਤਿਆਂ بڑے بڑے ਗੁਰਸਿੱਖਾਂ ਦੇ ਜ਼ਿੰਦਗੀ ਵਿੱਚ ਗੁਰੂ ਸਾਹਿਬਾਨ ਦੀ ਜ਼ਿੰਦਗੀ ਵਿੱਚ ਵੀ ਦੁੱਖ ਆਏ ਹਨ ਤਕਲੀਫਾਂ ਆਈਆਂ ਹਨ ਆਪਾਂ ਇਤਿਹਾਸਾਰਾ ਵਾਚ ਲਈਏ ਪਰ ਦੇਖਣਾ ਚਾਹੀਦਾ ਦੁੱਖ ਆਏ ਕਿਉਂ ਦੁੱਖ ਆਏ ਕਿਉਂ ਜੇ ਦੁੱਖ ਆ ਗਿਆ ਫਿਰ ਉਹ ਜਾ ਕਿਉਂ ਨਹੀਂ ਰਹਿ ਇਹਦਾ ਮਤਲਬ ਸਾਡੇ ਵਿੱਚ ਕੋਈ ਕਮੀ ਹੈ ਸਾਡੇ ਵਿੱਚ ਕੋਈ ਘਾਟ ਹੈ ਅਸੀਂ ਕਿਸੇ चीज ਦਾ ਪਰਹੇਜ਼ ਨਹੀਂ ਰੱਖਿਆ ਅਸੀਂ ਜੋ ਦਵਾਈ ਸਾਨੂੰ ਕਹੀ ਹੈ ਨਾ ਖਾਣ ਨੂੰ ਇਸ ਦੁੱਖ ਦੀ ਤਕਲੀਫ ਵਾਸਤੇ ਉਹ ਦਵਾਈ ਨਹੀਂ ਅਸੀਂ ਲੈ ਰਹੇ ਪ੍ਰੋਪਰ ਕੋਈ ਨਾ ਕੋਈ ਪ੍ਰੋਬਲਮ ਹੈ ਨਾ ਤਾਂ ਅਸੀਂ ਪਰਹੇਜ਼ ਕਰ ਰਹੇ ਆ ਝੂਠ ਬੋਲਣ ਤੋਂ ਨਾ ਹੀ ਪਰਹੇਜ਼ ਕਰ ਰਹੇ ਆ ਚੁਗਲੀ ਨਿੰਦਿਆ ਤੋਂ ਨਾ ਹੀ ਪਰਹੇਜ਼ ਕਰ ਰਹੇ ਆ ਕਿਸੇ ਨੂੰ ਠੱਗਣ ਤੋਂ ਨਾ ਹੀ ਪਰਹੇਜ਼ ਕਰ ਰਹੇ ਆ ਕਾਮ ਤੋਂ ਕ੍ਰੋਧ ਤੋਂ ਲੋਭ ਤੋਂ ਮੂਹ ਤੋਂ ਅਹੰਕਾਰ ਤੋਂ ਤੇ ਨਾ ਅਸੀਂ ਨਾਮ ਦੀ ਦਵਾਈ ਲੈ ਰਹੇ ਆ ਨਾ ਅਸੀਂ ਸਤਸੰਗਤ ਦੀ ਔਸ਼ਧੀ ਲੈ ਰਹੇ ਆ ਨਾ ਅਸੀਂ ਨਿਮਰਤਾ ਦੀ ਮਲਮ ਲਗਾ ਰਹੇ ਆ ਨਾ ਅਸੀਂ ਦਇਆ ਦੀ ਪੱਟੀ ਕਰ ਰਹੇ ਆ ਕੁਝ ਵੀ ਨਹੀਂ ਕਰ ਰਹੇ ਤੇ ਫਿਰ ਦੁੱਖ ਤੇ ਰਹਿਣੇ ਰਹਿਣਾ ਹੈ ਦੁੱਖ ਤੇ ਰਹਿਣੇ ਰਹਿਣਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਕਹਿੰਦੇ ਦੁੱਖ ਸੁੱਖ ਦੋਵੇਂ ਕੱਪੜੇ ਆ ਦੁੱਖ ਸੁੱਖ ਆਉਂਦੇ ਜਾਂਦੇ ਰਹਿੰਦੇ ਆ ਪਰ ਜੇ ਦੁੱਖ ਆਇਆ ਉਹਦੀ ਕਿਰਪਾ ਦੇ ਨਾਲ ਖਤਮ ਹੋ ਜਾਂਦਾ ਹੈ ਪਰਮਾਤਮਾ ਆਪ ਰੋਗ ਨੂੰ ਮਿਟਾਉਂਦਾ ਹੈ ਆਪ ਦੁੱਖ ਨੂੰ ਮਿਟਾਉਂਦਾ ਕਿਉਂਕਿ ਉਹ ਡਾਕਟਰਾਂ ਦਾ ਡਾਕਟਰ ਹੈ ਮਹਾਨ ਡਾਕਟਰ ਹੈ ਉਹ ਰੱਬ ਮਹਾਨ ਡਾਕਟਰ ਹੈ ਬੜਾ ਵੱਡਾ ਡਾਕਟਰ ਹੈ ਉਹਨੂੰ ਪਤਾ ਹੈ ਉਹਨੂੰ ਪਤਾ ਹੈ ਕਿ ਆਪ ਪਰਹੇਜ਼ਾ ਬੰਦਾ ਕਰੇਗਾ ਤੇ ਆ ਦਵਾਈ ਲਵੇਗਾ ਤੇ ਉਸੇ ਵੇਲੇ ਸੈਕਿੰਡਾਂ ਵਿੱਚ ਠੀਕ ਹੋਵੇਗਾ ਉਸੇ ਵੇਲੇ ਉਸੇ ਵੇਲੇ ਪਰ ਇਨਸਾਨਾਂ ਚ ਕਮੀ ਹੁੰਦੀ ਹੈ ਤੇ ਜੇ ਰੋਗ ਆਉਂਦਾ ਦੁੱਖ ਆਉਂਦਾ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਪਰਮਾਤਮਾ ਆਪ ਮਟਾਉਂਦਾ ਹੈ ਤੇ ਜਦੋਂ ਦੁੱਖ ਦੂਰ ਹੋ ਗਿਆ ਫਿਰ ਕੀ ਹੋ ਗਿਆ ਫਿਰ ਸੁਖ ਆ ਜਾਂਦਾ ਹੈ ਜ਼ਿੰਦਗੀ ਵਿੱਚ ਫਿਰ ਮਨ ਵਿੱਚ ਸ਼ਾਂਤੀ ਉਤਪਨ ਹੁੰਦੀ ਹੈ ਅਗਲੀ ਪੰਕਤੀ ਵਿੱਚ ਸਤਗੁਰੂ ਜੀ ਕਹਿੰਦੇ ਹਨ ਵੱਡ ਪਰਤਾਬ ਅਚਰਜ ਰੂਪ ਹਰ ਕੀ ਨੀਂਦਾਤ ਉਹ ਜਿਹੜਾ ਪਰਮਾਤਮਾ ਨਾ ਪਰਿਪੂਰਨ ਪਰਮਾਤਮਾ ਜਿਹੜਾ ਸਾਰਿਆਂ ਵਿੱਚ ਰਮਿਆ ਹੋਇਆ ਪੂਰਾ RAM ਸਾਰੇ ਵਿੱਚ ਰਮਿਆ ਹੋਇਆ ਕਣ-ਕਣ ਦੇ ਵਿੱਚ ਹੈ ਉਹ ਜਿਹੜਾ ਪਰਮਾਤਮਾ ਹੈ ਜਿਹੜਾ ਸਾਰਿਆਂ ਦੇ ਦੁੱਖ ਦੂਰ ਕਰਦਾ ਹੈ ਆਪ ਆ ਕੇ ਜਿਹੜਾ ਉਹਨੂੰ ਯਾਦ ਕਰਦਾ ਹੈ ਜਿਹੜਾ ਸਾਰਿਆਂ ਦੇ ਢੋਲੀ ਵਿੱਚ ਸੁੱਖ ਪਾ ਦਿੰਦਾ ਹੈ ਸ਼ਾਂਤੀ ਪਾ ਦਿੰਦਾ ਹੈ ਆਨੰਦ ਪਾ ਦਿੰਦਾ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਉਹਦਾ ਬੜਾ ਵੱਡਾ ਪ੍ਰਤਾਪ ਹੈ ਬੜਾ ਵੱਡਾ ਪ੍ਰਤਾਪ ਉਸ ਪੂਰੇ ਗੁਰੂ ਦਾ ਉਸ ਪਰਮਾਤਮਾ ਦਾ ਤੇ ਅਚਰਜ ਰੂਪ ਹੈ ਬੜਾ ਵੱਡਾ ਪ੍ਰਤਾਪ ਹੈ ਜਿਵੇਂ ਆਪਾਂ ਵੇਖਦੇ ਨੇ ਕੋਈ ਕਹਿੰਦੇ ਕਿ ਦੇਸ਼ ਦਾ ਮਨਿਸਟਰ ਹੈ ਜੀ ਕਿਸੇ ਇਲਾਕੇ ਦਾ ਮਿਨਿਸਟਰ ਹੈ ਜਾਂ ਮੰਨ ਲਓ ਕਿਸੇ ਕੰਟਰੀ ਦਾ ਪ੍ਰਾਈਮ ਮਿਨਿਸਟਰ ਹੈ ਉਹਦਾ ਬੜਾ ਵੱਡਾ ਪ੍ਰਤਾਪ ਹੈ ਜੀ ਅ ਫਲਾਨੀ ਕੰਟਰੀ ਦਾ ਉਹਦੀ ਸਾਰੀ ਸਾਰੇ ਬਨੇ ਧਾਕ ਹੈ ਧਾਕ ਜਮਾਉਂਦਾ ਹੈ ਸਾਰੇ ਬਨੇ ਸਾਰੇ ਉਹਦੀ ਪਰਸਨੈਲਿਟੀ ਤੋਂ ਬੜਾ ਪ੍ਰਭਾਵਿਤ ਹੈ ਜਿਵੇਂ ਅੱਜ ਹੀ ਆਪਣੇ ਕੰਟਰੀ ਦਾ ਲੈ ਲਓ ਤੁਸੀਂ ਬੜਾ ਵੱਡਾ ਪ੍ਰਤਾਪ ਹੈ ਜੀ ਸਾਡੇ ਪ੍ਰਾਈਮ ਮਿਨਿਸਟਰ ਦਾ ਸਾਰੇ ਲੋਕੀ ਤੰਗ ਹਨ ਉਹਨਾਂ ਤੋਂ ਇਹ ਪ੍ਰਤਾਪ ਹੈ ਉਹਨਾਂ ਦਾ ਕਿ ਸਾਰੇ ਦੋ ਕਟਕਲੀ ਫਾਨਾ ਜੂਝ ਰਹੇ ਹਨ ਖੈਰ ਮੈਂ ਇਸ ਵਿਸ਼ੇ ਵੱਲ ਨਾ ਆਵਾਂ ਕਹਿਣ ਦਾ ਮਤਲਬ ਕਿਸੇ ਬੰਦੇ ਦਾ ਪ੍ਰਤਾਪ ਹੁੰਦਾ ਹੈ ਕਿ ਰਾਜ ਹੁੰਦਾ ਹੈ ਬੜਾ ਵੱਡਾ ਪਰ ਇੱਕ ਐਸਾ ਪਰਮਾਤਮਾ ਹੈ ਜਿਹਦਾ ਪ੍ਰਤਾਪ ਇਹ ਰਾਜੇ ਦੇ ਕੁਝ ਵੀ ਨਹੀਂ ਹੈ ਕੀੜੇ ਮਕੋੜੇ ਆ ਕੀੜੇ ਮਕੋੜੇ ਆ ਕੀੜੇ ਮਕੋੜੇ ਕੁਰਬਾਨੀ ਕਹਿੰਦੀ ਹੈ ਕਿ ਕੁਝ ਵੀ ਨਹੀਂ ਹੈ ਰਾਜੇ ਜਿਹੜਾ ਪਰਮਾਤਮਾ ਦਾ ਵੱਡਾ ਪ੍ਰਤਾਪ ਹੈ ਨਾ ਰਾਜਿਆਂ ਦਾ ਕੁਝ ਵੀ ਪ੍ਰਤਾਪ ਨਹੀਂ ਹੈ ਦੁਨੀਆ ਵੀ ਰਾਜਿਆਂ ਉਹ ਐਡਾ ਵੱਡਾ ਰਾਜਿਆਂ ਦਾ ਰਾਜਾ ਰਾਜਾ ਹੈ ਰਾਜਾਨ ਰਾਜ ਸਾਰੇ ਰਾਜਿਆਂ ਦਾ ਰਾਜਾ ਇਹਨਾਂ ਨੂੰ ਪੈਦਾ ਕਰਨ ਵਾਲੇ ਭੁੱਲ ਜਾਂਦੇ ਇਹਨਾਂ ਦੀ ਮਤ ਬੁੱਧੀ ਮੰਦ ਬੁੱਧੀ ਉਹ ਬਲੇ ਬਣ ਜਾਂਦੇ ਕਹਿੰਦੇ ਉਹ ਪਰਮਾਤਮਾ ਦਾ ਪ੍ਰਤਾਪ ਬੜਾ ਵੱਡਾ ਹੈ ਤੇ ਉਹਦਾ ਰੂਪ ਬੜਾ ਅਚਰਜ ਹੈ ਬੜਾ ਵਿਸਮਾਦਕਾਰੀ ਹੈ ਉਹਦਾ ਰੂਪ ਕਿਸੇ ਨੇ ਨਹੀਂ ਦੇਖਿਆ ਰੰਗ ਕਿਸੇ ਨੇ ਨਹੀਂ ਦੇਖਿਆ ਆਪਾਂ ਹਮੇਸ਼ਾ ਇੱਕ ਸ਼ਵੀ ਬਣਾਈ ਹੈ ਪਰਮਾਤਮਾ ਦੀ ਮਨ ਦੇ ਵਿੱਚ ਅੰਤਰਾਤਮੇ ਵਿੱਚ ਕਿ ਇਸ ਤਰ੍ਹਾਂ ਦਾ ਹੋਵੇਗਾ ਜਿਹੜਾ ਪਰਮਾਤਮਾ ਨਾ ਉਹਦਾ ਰੰਗ ਨੀਲਾ ਹੋਵੇਗਾ ਉਹਦੇ ਹੱਥ ਵਿੱਚ ਬੌਂਸਰੀ ਹੋਏਗੀ ਬੜੀ ਸੁਣੀ ਵਜਾਉਂਦਾ ਹੋਵੇਗਾ ਤੇ ਕਿਸੇ ਨੇ ਰੂਪ ਬਣਾਇਆ ਕਿਉਂ ਇਸ ਤਰ੍ਹਾਂ ਦਾ ਹੋਵੇਗਾ ਪਰਮਾਤਮਾ ਕਿਹੜਾ ਜਿਵੇਂ ਉੱਪਰ ਸੱਪ ਗਲੇ ਵਿੱਚ ਪਾਇਆ ਹੋਇਆ ਹੈ ਤੇ ਹੱਥ ਵਿੱਚ ਡਮਰੂ ਫੜਿਆ ਤੇ ਛੂਲ ਫੜਿਆ ਇਹ ਪਰਮਾਤਮਾ ਦਾ ਰੂਪ ਹੈ ਕਿਸੇ ਨੇ ਰੂਪ ਹੋਰ ਤਰ੍ਹਾਂ ਦਾ ਬਣਾਇਆ ਕੈਂ ਦਾ ਮਤਲਬ ਅਸੀਂ ਇਨਸਾਨੀ ਰੂਪ ਵਿੱਚ ਪ੍ਰਭਾਵਿਤਾਂ ਇਹ ਹੈ ਸਾਰੇ ਪ੍ਰਮਾਤਮਾ ਦੇ ਪ੍ਰਮਾਤਮਾ ਨੇ ਉਹਨੂੰ ਪ੍ਰਗਟ ਕੀਤਾ ਤੇ ਬੜੇ ਬੜੇ ਕਰਾਮਾਤੀ ਬੜੇ ਬੜੇ ਬਖਸ਼ਿਸ਼ ਵਾਲੇ ਹੋਏ ਹਨ ਪਰ ਪ੍ਰਮਾਤਮਾ ਉਹਦਾ ਨਾ ਰੂਪ ਹੈ ਨਾ ਰੰਗ ਹੈ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹ ਨ ਸਕਤ ਕਹ ਕੋਈ ਵੀ ਨਹੀਂ ਦੱਸ ਸਕਦਾ ਉਹਦਾ ਰੂਪ ਕਿਸ ਤਰ੍ਹਾਂ ਦਾ ਰੰਗ ਕਿਸ ਤਰ੍ਹਾਂ ਦਾ ਉਹਦੇ ਹੱਥ ਹੈਗੇ ਕਿ ਨਹੀਂ ਹੈਗੇ ਸਹਸ ਤਵ ਨੈਨ ਨ ਨੈਨ ਹ ਹੈ ਤੋਹੇ ਕੋ ਸਹਸ ਮੂਰਤ ਨਨਾ ਇਕ ਤੋਹੇ ਉਹਦੀਆਂ ਕੋਈ ਅੱਖਾਂ ਨਹੀਂ ਰੱਬ ਦੀਆਂ ਪਰ ਫਿਰ ਵੀ ਉਹਦੀਆਂ ਜਿੰਨੇ ਵੀ ਸੰਸਾਰ ਹੈ ਸਾਰੀ ਉਹਦੀਆਂ ਅੱਖਾਂ ਹਨ ਉਹਦਾ ਕੋਈ ਰੂਪ ਨਹੀਂ ਪਰ ਜਿੰਨਾ ਰੂਪ ਹੈ ਸਾਰੇ ਉਹਦੇ ਤੋਂ ਹੀ ਆਉਂਦਾ ਹੈ ਉਹਦਾ ਕੋਈ ਰੰਗ ਨਹੀਂ ਪਰ ਜਿੰਨੇ ਰੰਗ ਹਨ ਉਹਦੇ ਕੋਲੋਂ ਹੀ ਆਉਂਦੇ ਹਨ ਉਹਦਾ ਅਸਲੀਤ ਵਿੱਚ ਕੋਈ ਹੱਥ ਪੈਰ ਮੂੰਹ ਨੱਕ ਨਹੀਂ ਪਰ ਜਿੰਨੇ ਵੀ ਹੱਥ ਮੂੰਹ ਪੈਰ ਨਖਨ ਸਾਰੇ ਉਹਦੇ ਤੋਂ ਹੀ ਆਉਂਦੇ ਹਨ ਹਰ ਇੱਕ ਬੰਦੇ ਦੇ ਵਿੱਚ ਉਹੀ ਬੈਠਾ ਹੈ ਹਰ ਇੱਕ ਜੀਵ ਜੰਤੂ ਵਿੱਚ ਉਹੀ ਰਾਹੀ ਬੈਠਾ ਹੈ ਐਦਾ ਐਸਾ ਅਚਰਜ ਰੂਪ ਹੈ ਤੇ ਜਿਹੜਾ ਬੰਦਗੀ ਵਾਲਾ ਪੁਰਸ਼ ਜਿਹੜੇ ਗੁਰੂ ਸਹਿਬਾਨ ਜਿਹੜੇ ਦੇਵੀ ਦੇਵਤੇ ਜਾਂ ਜਿਹੜੇ ਕਰਨੀ ਵਾਲੇ ਮਹਾਪੁਰਸ਼ ਜਿਹੜੇ ਇਸ ਪ੍ਰਮਾਤਮਾ ਨੂੰ ਦੇਖ ਲੈਂਦੇ ਹਨ ਉਹ ਫਿਰ ਕਹਿ ਨਹੀਂ ਸਕਦੇ ਉਹ ਕਹਿੰਦੇ ਬਿਸਮਾਦਕਾਰੀ ਹੈ ਬਿਸਮਾਦ ਹੈਰਾਨ ਹੋ ਜਾਂਦੇ ਨੇ ਕਿ ਅਚਰਜ ਰੂਪ ਹੈ ਪ੍ਰਮਾਤਮਾ ਤੇਰਾ ਤੇਰਾ ਰੂਪ ਦੀ ਝਾਲ ਨਹੀਂ ਚੱਲੀ ਜਾਂਦੀ ਨਹੀਂ ਦੇਖ ਸਕਦੇ ਤੇਰਾ ਰੂਪ ਨਹੀਂ ਦੇਖ ਸਕਦੇ ਐ ਐਸਾ ਤੇਰਾ ਅਸਰਜ ਰੂਪ ਹੈ ਐਸਾ ਕਮਾਲ ਦੀ ਗੱਲ ਐਸਾ ਅਸਰਜ ਰੂਪ ਜਿਵੇਂ ਇੱਕ ਬੜੀ ਸੋਹਣੀ ਸੁੰਦਰ ਗਾਥਾ ਵੀ ਆਉਂਦੀ ਹੈ ਇੱਕ ਫਕੀਰ ਹੋਇਆ ਉਹ ਫਕੀਰ ਕਹਿੰਦੇ ਕਿ ਰੋਜ਼ ਹੀ ਤਰਲੇ ਮਾਰੇ ਉਹ ਯਹੂਦੀਆਂ ਦਾ ਫਕੀਰ ਮੰਨੇ ਜਾਂਦਾ موسی ਜੀ ਕਹਿੰਦੇ ਹਨ ਕਹਿੰਦੇ ਕਿ ਰੋਜ਼ ਹੀ ਕੋ ਤੂਰ ਦੀ ਪਹਾੜੀਆਂ ਵਿੱਚ ਜਾ ਕੇ ਬੰਦਗੀ ਕਰਦੇ ਸਨ ਤਰਜਾਨੇ ਕਹਿੰਦੇ ਕਿ ਉਹਨਾਂ ਦੀ ਆਮ ਪਰਮਾਤਮਾ ਨਾਲ ਗੱਲਬਾਤ ਹੁੰਦੀ ਸੀ ਪ੍ਰਮਾਤਮਾ ਦਾ ਅਲਹਾਮ ਉਹਨੂੰ ਸੁਣਾਈ ਦਿੰਦਾ ਸੀ ਕਿ ਆਹ ਹੁਕਮ ਹੈ ਤੂੰ ਆ ਜਾ ਕੇ ਪ੍ਰਚਾਰ ਕਰ ਗੱਲਾਂ ਪਤਾ ਕਰਦੇ ਸਨ ਇੱਕ ਦਿਨ ਉਹਨਾਂ ਨੇ ਸੋਚਿਆ ਮੂਸਾ ਜੀ ਨੇ ਕਹਿੰਦੇ ਕਿ ਮੈਂ ਬੇਨਤੀ ਕੀਤੀ ਅਰਦਾਸ ਕੀਤੀ ਐ ਪ੍ਰਮਾਤਮਾ ਐ ਖੁਦਾ ਐ ਵਲੀ ਅੱਲਾ ਮਨਰੂਜ ਜੀ ਤੁਸੀਂ ਆਪਣੀ ਆਵਾਜ਼ ਸੁਣਾ ਦੇ ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਨਾ ਤੁਹਾਡਾ ਰੂਪ ਵੇਖਣਾ ਚਾਹੁੰਨਾ ਹੈ ਪ੍ਰਮਾਤਮਾ ਦਾ ਗੋ ਅਲਹਾਮ ਹੋਇਆ ਤੂੰ ਨਹੀਂ ਦੇਖ ਸਕੇਗਾ ਕਿਉਂਕਿ ਜਿੰਨੀ ਕਿਸੇ ਦੀ ਪਾਤਰਤਾ ਹੁੰਦੀ ਨਾ ਉੰਨੀ ਝੁੱਲੀ ਵਿੱਚ ਪੈਂਦੀ ਹੈ ਮੂਸਾ ਜੀ ਨੇ ਕਿਹਾ ਕਿਉਂ ਨਹੀਂ ਦੇਖ ਸਕਦਾ ਕਹਿੰਦੇ ਜਿੰਨੀ ਕਿਸੇ ਦਾ ਭਾਂਡਾ ਹੁੰਦਾ ਹੈ ਨਾ ਰੱਬ ਕਹਿੰਦਾ ਓਨੀ ਉਸ ਨੂੰ ਦਾਤ ਮਿਲਦੀ ਹੈ ਤੂੰ ਸਾਡੀ ਆਵਾਜ਼ ਸਰਵਣ ਕਰ ਰਿਹਾ ਤੂੰ ਬੜੇ ਭਾਗਾ ਵਾਲਾ ਤੈਨੂੰ ਜੋ ਅਸੀਂ ਕਹਿ ਰਹੇ ਤੂੰ ਅੱਗੇ ਪ੍ਰਚਾਰ ਕਰ ਬਸ ਬੜੀ ਪ੍ਰਾਣੀ ਗੱਲ ਹੈ ਪਰ ਜਿੱਦ ਕੀਤੀ ਨਹੀਂ ਮੈਂ ਤੁਹਾਡਾ ਰੂਪ ਦੇਖਣਾ ਤੁਹਾਡਾ ਦਰਸ਼ਨ ਕਰਨਾ ਹੈ ਹੁਣ ਰੱਬ ਨੇ ਦੇਖਿਆ ਠੀਕ ਹੈ ਮੇਰਾ ਭਗਤ ਹੈ ਹੱਟ ਕਰ ਬੈਠਾ ਤੇ ਪ੍ਰਮਾਤਮਾ ਪੂਰਾ ਕਰਦਾ ਹੈ ਹੱਟ ਕੋਈ ਗੱਲ ਨਹੀਂ ਠੀਕ ਹੈ ਤੋ ਪਿਆਰ ਵਾਲੇ ਕਹਿੰਦੇ ਕੱਲ ਆਈ ਤੈਨੂੰ ਅਸੀਂ ਦਰਸ਼ਨ ਦੇਵਾਂਗੇ ਹੁਣ ਕੱਲ ਜੂ موسی ਆਇਆ ਹੈ ਕੋਤੂਰ ਦੀ ਪਹਾੜੀ ਤੇ ਬੈਠਾ ਹੈ ਬੇਨਤੀ ਕੀਤੀ ਮੈਨੂੰ ਦਰਸ਼ਨ ਦਿਓ ਕਹਿੰਦੇ ਇੱਕੋ ਦਮ ਇਹ ਐਸਾ ਉਸ ਗੁਫਾ ਦੇ ਵਿੱਚ ਪ੍ਰਕਾਸ਼ ਹੋ ਗਿਆ ਚਾਨਣ ਹੋ ਗਿਆ ਕਿ ਜਿਸ ਤਰ੍ਹਾਂ ਕਰੋੜਾਂ ਅਰਬਾਂ ਸੂਰਜ ਚੜਾਏ ਹੁਣ ਇੱਕੋ ਦਮ ਇੱਕ ਸੂਰਜ ਨੂੰ ਆਪਾਂ ਦੇਖ ਨਹੀਂ ਸਕਦੇ ਸੂਰਜ ਹੈ ਨਾ ਸੂਰਜ ਨੂੰ ਦੇਖ ਨਹੀਂ ਸਕਦਾ ਕੋਈ ਅੱਖ ਪਰਕੀ ਇਸ ਤਰ੍ਹਾਂ ਅੱਖਾਂ ਚੁੰਧੇ ਆ ਜਾਣਗੀਆਂ ਸਾਡੀਆਂ ਹਨੇਰਾ ਆ ਜਾਵੇਗਾ ਕਹਿੰਦੇ ਕਿ ਲੱਖਾਂ ਕਰੋੜਾਂ ਰੂਪ ਦੇ ਵਿੱਚ ਸੂਰਜਾਂ ਵਰਗਾ ਚਾਨਣ ਉਸ ਗੁਫਾ ਵਿੱਚ ਹੋ ਗਿਆ ਉਹਦੇ ਕੋਲ ਵੇਖਿਆ ਨਹੀਂ ਗਿਆ ਅੱਖਾਂ ਬੰਦ ਕਰ ਲਈਆਂ ਤੇ ਬੇਹੋਸ਼ ਹੋ ਗਿਆ ਬੇਹੋਸ਼ ਹੋ ਗਿਆ ਕਈ ਘੰਟੇ ਬੇਹੋਸ਼ ਰਹਿ ਬਾਅਦੋਂ ﺍﻟहाम ਹੋਇਆ ਤੈਨੂੰ ਕਿਹਾ ਸੀ ਤੂੰ ਨਹੀਂ ਵੇਖ ਸਕੇਂਗਾ ਪਰਮਾਤਮਾ ਦਾ ਰੂਪ ਬੜਾ ਅਚਰਜ ਹੈ ਬੜਾ ਵਿਸਮਾਦਕਾਰੀ ਕੋਈ ਦੇਖ ਨਹੀਂ ਸਕਦਾ ਕੋਈ ਦੇਖ ਨਹੀਂ ਸਕਦਾ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਪਰਮਾਤਮਾ ਦਾ ਵੱਡਾ ਪ੍ਰਤਾਪ ਹੈ ਅਚਰਜ ਰੂਪ ਹੈ ਉਹ ਰਹੀ ਹੈ ਨਾ ਉਹਨੇ ਇਹ ਸਾਰੀ ਦਾਤ ਦਿੱਤੀ ਹਰ ਕੀਨੀ ਦਾਤ ਜਿੰਨਾ ਹੈ ਨਾ ਸਾਰਾ ਤੇਜ ਪ੍ਰਤਾਪ ਪਰਮਾਤਮਾ ਦਾ ਉਹਨੇ ਹੀ ਇਹ ਸੁਖ ਸ਼ਾਂਤੀ ਦੀ ਦਾਤ ਰੋਗ ਮਟਾਉਣ ਵਾਲੀ ਦਾਤ ਪਰਮਾਤਮਾ ਨੇ ਹੀ ਦਿੱਤੀ ਹੈ ਗੁਰੂ गोविंद ਕਿਰਪਾ ਕਰੇ ਰਾਖਿਆ ਮੇਰਾ ਭਾਈ ਰਾਖਿਆ ਮੇਰਾ ਭਾਈ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਉਹ ਗੁਰੂ गोविंद ਉਹ ਪਰਮਾਤਮਾ ਉਹਨੇ ਕਿਰਪਾ ਕੀਤੀ ਹੈ ਉਨੇ ਕਿਰਪਾ ਕਰਕੇ ਮੇਰੇ ਸਾਰੇ ਭਾਈ ਪੈਣ ਰੱਖ ਲਏ ਹਨ ਸਾਰੇ ਜੀਵ ਜੰਤੂ ਮੇਰਾ ਸਾਰਾ ਪਰਿਵਾਰ ਮੇਰੇ ਸਾਖ ਸੰਬੰਧੀ ਮੇਰੇ ਸੱਜਣ ਮੇਰੇ ਯਾਰ ਦੋਸਤ ਮੇਰੇ ਨਗਰ ਵਾਸੀ ਮੇਰੇ ਸ਼ਹਿਰ ਵਾਸੀ ਮੇਰੇ ਦੇਸ਼ ਵਾਸੀ ਸਾਰੇ ਸੰਸਾਰ ਦੇ ਵਾਸੀਆਂ ਨੂੰ ਰੱਖ ਲਿਆ ਉਹ ਐਸਾ ਦਿਆਲੂ ਹੈ ਪ੍ਰਮਾਤਮਾ ਬੜੀ ਕਿਰਪਾ ਕੀਤੀ ਹੈ ਗੁਰੂ ਅਰਜਨ ਦੇਵ ਜੀ ਕਹਿੰਦੇ ਹਮਤਿਸ ਕੀ ਸਰਣਾਗਤੀ ਜੋ ਸਦਾ ਸਹਾਈ ਗੁਰੂ ਅਰਜਨ ਇਹ ਰਹਾਉ ਵਾਲੀਆਂ ਪੰਕਤੀਆਂ ਹਨ ਗੁਰੂ ਅਰਜਨ ਦੇਵ ਜੀ ਕਹਿੰਦੇ ਕਿ ਹਸੀਂ ਉਹਦੀ ਸਰਣ ਵਿੱਚ ਆ ਗਏ ਹਾਂ ਕਿਉਂਕਿ ਸਾਨੂੰ ਪਤਾ ਲੱਗਿਆ ਉਹ ਬੜਾ ਵੱਡਾ ਪਰਪਕਾਰੀ ਹੈ ਉਹਦਾ ਪ੍ਰਤਾਪ ਬੜਾ ਵੱਡਾ ਹੈ ਉਹਦਾ ਰੂਪ ਬੜਾ ਅਚਰਜ ਹੈ ਜੋ ਸਾਰਿਆਂ ਨੂੰ ਸੁੱਖ ਦਿੰਦਾ ਹੈ ਸ਼ਾਂਤੀ ਦਿੰਦਾ ਹੈ ਉਹਦੋਂ ਵੱਡਾ ਕੋਈ ਹੈ ਹੀ ਨਹੀਂ ਹੈ ਉਹਨੇ ਸਾਰਿਆਂ ਤੇ ਕਿਰਪਾ ਕੀਤੀ ਹੈ ਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਆਪ ਆਉਂਦੀ ਸਰਣ ਵਿੱਚ ਆ ਗਏ ਹਮ ਤੇ ਸਕੀ ਸਰਨਾਗਤੀ ਜੋ ਸਦਾ ਸਹਾਈ ਕਿਉਂਕਿ ਉਹ ਪਰਮਾਤਮਾ ਸਦਾ ਸਹਾਇਤਾ ਕਰਦਾ ਹੈ ਹਰ ਇੱਕ انسان ਦੀ ਉਹ ਸਦਾ ਅੰਗ ਸੰਗ ਰਹਿੰਦਾ ਹੈ ਜਿੱਥੇ ਕਿਤੇ ਵੇਖੋ ਪਰਮਾਤਮਾ ਹਰ ਵੇਲੇ ਅਵੇਲੇਬਲ ਹੈ ਕੋਈ ਬੰਦਾ ਹਰ ਸਮੇਂ ਇੱਕ ਜਗ੍ਹਾ ਹੋ ਸਕਦਾ ਹੈ ਦੂਸਰੀ ਜਗ੍ਹਾ ਨਹੀਂ ਹੋ ਸਕਦਾ ਦੁਨਿਆਵੀ ਗੁਰੂ ਅੱਜ ਬੜੇ ਹਨ ਉਹ ਇੱਕ ਜਗ੍ਹਾ ਹੋ ਸਕਦੇ ਹਨ ਦੂਸਰੀ ਜਗ੍ਹਾ ਨਹੀਂ ਹੋ ਸਕਦੇ ਪਰ ਪਰਮਾਤਮਾ ਪਰਮਾਤਮਾ ਹਰ ਜਗ੍ਹਾ ਤੇ ਹੈ ਹਰ ਜਗ੍ਹਾ ਤੇ ਹੁਣੇ ਐਡੇ ਟਾਈਮ ਤੇ ਜੇ ਉਹਨੂੰ ਕਰੋੜ ਬੰਦਾ ਯਾਦ ਕਰ ਰਿਹਾ ਕਰੋੜ ਬੰਦਿਆਂ ਕੋ ਪਰਮਾਤਮਾ ਬੈਠਾ ਹੈ ਜੇ ਕੋਈ ਇੱਥੇ ਇੰਡੀਆ ਵਿੱਚ ਯਾਦ ਕਰ ਰਿਹਾ ਤੇ ਉਸੇ ਵੇਲੇ ਯਾਦ ਕਰ ਰਿਹਾ ਅਮਰੀਕਾ ਦੇ ਵਿੱਚ ਵੀ ਉਹ ਦੋਵਾਂ ਪਾਸੇ ਹੈ ਦੋਵਾਂ ਪਾਸੇ ਕਿਉਂਕਿ ਉਹ ਕਣਕਣ ਵਿੱਚ ਹੈ ਨਾ ਪਰਮਾਤਮਾ ਉਹ ਹਰ ਜਗ੍ਹਾ ਹਰ ਇੱਕ ਬੰਦੇ ਦੀ ਸਹਾਇਤਾ ਕਰਦਾ ਹਰ ਇੱਕ ਦਾ ਸਹਾਇਕ ਹੈ ਹਰ ਕਿਸੇ ਦਾ ਸਹਾਇਕ ਹੈ ਗੁਰੂ ਅਰਜਨ ਦੇਵ ਜੀ ਮਹਾਰਾਜੀ ਅੰਤਨੀਆ ਪੰਕਤੀਆਂ ਵਿੱਚ ਕਹਿੰਦੇ ਹਨ ਬਿਰਥ ਹੀ ਕਦੇ ਨਾ ਹੋਵਈ ਜਨ ਕੀ ਅਰਦਾਸ ਇਸ ਕਰਕੇ ਐ ਗੁਰੂ ਵਾਲਿਓ ਐ ਦੁਨੀਆਂ ਦੇ ਲੋਕੋ ਉਸ ਪ੍ਰਮਾਤਮਾ ਦੀ ਸ਼ਰਣ ਵਿੱਚ ਆਓ ਉਹਦੀ ਸਹਾਇਤਾ ਲਓ ਉਸ ਰੱਬ ਦੀ ਉਸ ਪ੍ਰਮਾਤਮਾ ਦੀ ਕਿਉਂ ਕਿਉਂਕਿ ਉਹਦੇ ਅੱਗੇ ਜਦੋਂ ਕੋਈ ਵੀ ਅਰਦਾਸ ਕਰਦਾ ਹੈ ਨਾ ਕਦੀ ਬਿਰਥ ਹੀ ਨਹੀਂ ਹੁੰਦੀ ਵੇਸਟ ਨਹੀਂ ਹੁੰਦੀ ਨਾ ਕਿਸੇ ਬੰਦੇ ਤੇ ਤੁਸੀਂ ਤਰਲੇ ਮਾਰੋਗੇ ਹੋ ਸਕਦਾ ਉਹਦੇ ਮਨ ਵਿੱਚ ਦਇਆ ਆ ਜਾਵੇ ਹੋ ਸਕੇ ਹੋ ਸਕਦਾ ਸ਼ਾਇਦ ਉਹਦੇ ਮਨ ਵਿੱਚ ਇਹ ਨਿਮਰਤਾ ਆ ਜਾਵੇ ਦਇਆ ਵਾਲਾ ਪਨ ਆ ਜਾਵੇ ਤੁਹਾਡੀ ਮਦਦ ਕਰ ਦਵੇ ਹੋ ਸਕਦਾ ਹੈ ਹੋ ਸਕਦਾ ਕਿਸੇ ਵੇਲੇ ਉਹਦੇ ਮਨ ਵਿੱਚ ਕਠੋਰਤਾ ਆ ਜਾਵੇ ਆਪਾਂ ਦੇਖਦੇ ਕਿਸੇ ਵੇਲੇ ਕੋਈ ਮੰਗਤਾ ਆਵੇ ਕਬਹੂ ਜੀੜਾ ਉਬ ਚੜਤ ਹੈ ਕਦੀ ਤੇ ਜਿਹੜਾ ਜੀੜਾ ਹੈ ਨਾ ਬੜਾ ਕਹਿੰਦੇ ਤਾਂ ਅਸਮਾਨ ਵੱਲ ਉਡਾਰੀਆਂ ਮਾਰਦਾ ਕਦੀ ਕਹਿੰਦੇ ਕਿ ਬਿਲਕੁਲ ਥੱਲੇ ਪਤਾਲ ਵਿੱਚ ਚਲੇ ਜਾਂਦਾ ਹੈ ਕਦੀ ਤੇ ਆਪਾਂ ਦਇਆਵਾਂ ਹੋ ਜਾਂਦੇ ਕਦੀ ਕਠੋਰ ਵੀ ਹੋ ਜਾਂਦੇ ਜੇ ਕੋਈ ਮੰਗਤਾ ਆ ਜਾਏ ਆਪਣੇ ਕੋਲ ਮੰਗਣ ਵਾਸਤੇ ਜੇ ਤੇ ਆਪਾਂ ਮੰਨ ਲਓ ਕਿ ਤੇ ਅੰਦਰ ਦਿਆਲਤਾ ਚੱਲ ਰਹੀ ਹੈ ਨਿਮਰਤਾ ਚੱਲ ਰਹੀ ਹੈ ਆਪਾਂ ਵਿੱਚੋਂ ਪਰਸੋਂ ਕੱਢ ਕੇ ਜੀਬ ਚੋਂ ਕੱਢ ਕੇ ਕੁਝ ਦਮੜੇ ਦੇ ਦਿੰਨੇ ਹਨ ਤੇ ਜੇ ਆਪਾਂ ਵੇਖਦੇ ਨਹੀਂ ਯਾਰ ਇਹ ਬੰਦਾ ਕੋਈ ਸ਼ਰਾਬੀ ਹੈ ਨਸ਼ੇ ਵਾਲਾ ਹੈ ਠੀਕ ਹੈ ਦੇਣਾ ਵੀ ਨਹੀਂ ਚਾਹੀਦਾ ਉਦੋਂ ਕਠੋਰਤਾ ਵੀ ਆ ਜਾਂਦੀ ਹੈ ਜਾਂ ਕਿਸੇ ਵੇਲੇ ਆਮ ਬੰਦੇ ਤੇ ਵੀ ਕਠੋਰਤਾ ਆ ਜਾਂਦੀ ਹੈ ਜੇ ਕੋਈ ਗਰੀਬ ਕਿਸੇ ਅਮੀਰ ਕੋ ਮਦਦ ਲੈਣ ਜਾਂਦਾ ਹੈ ਕਿਸੇ ਵੇਲੇ ਕਠੋਰਤਾ ਵਿਖਾ ਦਿੰਦਾ ਹੈ ਕਹਿਣ ਦਾ ਮਤਲਬ ਹੈ ਕਦੀ ਬੰਦਾ ਦਿਯਾਲੂ ਕਦੀ ਕਠੋਰ ਪਰ ਰੱਬ ਐਸਾ ਨਹੀਂ ਹੈ ਰੱਬ ਦੇ ਅੱਗੇ ਕੋਈ ਵੀ ਝੋਲੀ ਅੱਡ ਕੇ ਮੰਗੇ ਕੋਈ ਵੀ ਅਰਦਾਸ ਕਰੇ ਕਦੀ ਵੇਸਟ ਨਹੀਂ ਜਾਂਦੀ ਵਿਅਰਥ ਨਹੀਂ ਜਾਂਦੀ ਨਾ ਨਹੀਂ ਨਹੀਂ ਜਾਂਦੀ ਵੇਸਟ ਅਰਦਾਸ ਕੀਤੀ ਸੀ ਨਾ ਮੱਖਣਸ਼ਾ ਲੁਬਾਣੇ ਨੇ ਜਹਾਜ ਡੁੱਬਦਾ ਪਿਆ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਦੇ ਚਰਨਾਂ ਵਿੱਚ ਉਸ ਵੇਲੇ ਤੁਰੰਤ ਸਤਗੁਰੂ ਜੀ ਪਹੁੰਚ ਕੇ ਮੋਢਾ ਲਾ ਕੇ ਉਹਦਾ ਜਹਾਜ ਪੰਨੇ ਲਾਇਆ ਅਰਦਾਸ ਕੀਤੀ ਭਾਈ ਮਨੁੱਖ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵਿੱਚ ਕਿ ਮੇਰਾ ਬੇੜਾ ਵੀ ਡੁੱਬ ਰਿਹਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਘਰ ਲੰਮੇ ਪਏ ਆ ਘਰ ਲੰਮੇ ਪਏ ਤੇ ਤੁਲਸਾ ਜਿਹੜੀ ਘਰਵਾਲੇ ਕੰਮ ਕਰਦੀ ਏ ਉਹ ਕਿਤੇ ਗੁਰੂ ਨਾਨਕ ਸਾਹਿਬ ਨੂੰ ਉਠਾਉਣ ਆਈ ਏ ਉਹਦਾ ਜਿਹੜਾ ਕਿਤੇ ਮਸਤਕ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਛੂ ਗਿਆ ਤਾਂ ਉਹਨੂੰ ਪਤਾ ਲੱਗਾ ਗੁਰੂ ਨਾਨਕ ਸਾਹਿਬ ਤੇ ਉੱਥੇ ਹੈ ਹੀ ਨਹੀਂ ਹੈ ਗੁਰੂ ਨਾਨਕ ਸਾਹਿਬ ਦੀ ਬਾਡੀ ਉੱਥੇ ਆ ਸਰੀਰ ਉੱਥੇ ਆ ਪਰ ਉਹਨਾਂ ਦੀ ਆਤਮਾ ਹੈ ਉਹ ਤੇ ਸਤ ਸਮੁੰਦਰਾਂ ਪਾਰ ਗਈ ਹੈ ਉੱਥੇ ਇੱਕ ਭਾਈ ਮਨੁਸਖ ਹੈ ਉਹਦਾ ਬੀੜਾ ਡੁੱਬ ਰਿਹਾ ਉਹਦੇ ਬੀੜੇ ਨੂੰ ਪਾਰ ਲੰਘਾਉਣ ਗਏ ਆ ਕਿਉਂ ਕਿਉਂਕਿ ਭਾਈ ਮਨੁਸਖ ਨੇ ਚਰਨਾਂ ਵਿੱਚ ਅਰਦਾਸ ਕੀਤੀ ਬੇਨਤੀ ਕੀਤੀ ਯੋਦੜੀ ਕੀਤੀ ਹੈ ਤੇ ਉਸੇ ਵੇਲੇ ਪੂਰੀ ਹੋਈ ਉਸੇ ਵੇਲੇ ਪੂਰੀ ਹੋਈ ਬੇਨਤੀ ਕੀਤੀ ਪ੍ਰਵਾਨ ਹੁੰਦੀ ਹੈ ਕਦੀ ਵੇਸਟ ਨਹੀਂ ਜਾਂਦੀ ਪਰ ਬਸ਼ਰਤੇ ਉਹ ਦਿਲੋਂ ਹੋਵੇ ਜੋ ਕੀ ਤੇ ਲਿਖਿਆ ਐ ਐਡ ਕੀਤਾ ਹੈ ਬਕਾਇਦਾ ਗੁਰੂ ਅਰਜਨ ਸਾਹਿਬ ਜੀ ਨੇ ਬਿਰਥੀ ਕਦੇ ਨਾ ਹੋਈ ਜਨ ਕੀ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ ਅਰਦਾਸ ਕੀਦੀ ਜਨ ਦੀ ਤੇ ਜਨ ਕਿਹਨੂੰ ਕਹਿੰਦੇ ਐ ਜਨ ਕਹਿੰਦੇ ਦਾਸ ਨੂੰ ਭਗਤ ਨੂੰ ਸੇਵਕ ਨੂੰ ਜਿਹੜਾ ਪਰਮਾਤਮਾ ਦਾ ਦਾਸ ਹੈ ਹੁਣ ਕਿਸੇ ਵੇਲੇ ਆਪਾਂ ਵੇਖਦੇ ਹਰ ਇੱਕ ਬੰਦੇ ਦੀ ਅਰਦਾਸ ਵੀ ਕਬੂਲ ਨਹੀਂ ਹੁੰਦੀ ਕਿਉਂ ਕਿਉਂਕਿ ਉਹਨੂੰ ਵਿਸ਼ਵਾਸ ਨਹੀਂ ਹੁੰਦਾ ਨਾ ਉਹ ਸ਼ਰਨ ਵਿੱਚ ਨਹੀਂ ਆਉਂਦਾ ਕੰਪਲੀਟਲੀ ਪੂਰੇ ਆਪਣੇ ਕੰਪਲੀਟ ਮਾਈਂਡ ਦੇ ਨਾਲ ਉਹ ਪ੍ਰਮਾਤਮਾ ਅੱਗੇ ਮੰਗ ਨਹੀਂ ਰਿਹਾ ਪ੍ਰਮਾਤਮਾਗੇ ਟੈਕ ਹੀ ਨਹੀਂ ਪਿਆ ਨਾ ਉਹ ਇਸ ਤਰ੍ਹਾਂ ਦਾ ਉਹਦਾ ਹਾਲ ਹੈ ਸੀਸ ਨਵਾਇਆ ਕਿ ਆਥੀਏ ਜਹਰੇ ਦੇ ਸੁਧੇ ਜਾਏ ਸੀਸ ਤੇ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕਾ ਰਿਹਾ ਹੈ ਸਿਰਫ ਸਿਰ ਝੁਕਾਇਆ ਹੈ ਅਵੜੀ ਮੱਤ ਨਹੀਂ ਝੁਕਾਈ ਆਪਣਾ ਮਨ ਆਪਣੀ ਮਤਕ ਤੇ ਹੋਰ ਕਿ ਪਾਸੇ ਵੀ ਆ ਕਿ ਪਤਾ ਨਹੀਂ ਸ਼ੱਕ ਹੈ ਪਤਾ ਨਹੀਂ ਮੈਂ ਆਇਆ ਗੁਰਦੁਆਰੇ ਪਤਾ ਨਹੀਂ ਅਸਰ ਹੋਣਾ ਕਿ ਨਹੀਂ ਹੋਣਾ ਪਤਾ ਨਹੀਂ ਮੰਦਰੀ ਆਇਆ ਮਸਜਿਦ ਆਇਆ ਪਤਾ ਨਹੀਂ ਇੱਥੇ ਮੇਰਾ ਫਾਇਦਾ ਹੋਣਾ ਕਿ ਨਹੀਂ ਹੋਣਾ ਪਤਾ ਮੈਨੂੰ ਸਹਾਇਤਾ ਮਿਲਣੀ ਕਿ ਨਹੀਂ ਮਿਲਣੀ ਪਤਾ ਨਹੀਂ ਇੱਥੇ ਮੇਰੀ ਅਰਦਾਸ ਕਬੂਲ ਹੋਣੀ ਕਿ ਨਹੀਂ ਹੋਣੀ ਨਾਲ ਨਾਲ ਹੋਰ ਕਿਤੇ ਅਪਾਇੰਟਮੈਂਟ ਲਈ ਹੈ ਹੋਰ ਵੀ ਕਿਤੇ ਅਪਾਇੰਟਮੈਂਟ ਲਈ ਹੈ ਕਿਸੇ ਸਿਆਣੇ ਪਾਸੋਂ ਕਿ ਉਹਨੂੰ ਵੀ ਪੁੱਛ ਛੱਡੀਏ ਕੋਈ ਨਹੀਂ ਇੱਧਰ ਵੀ ਆਉਣੇ ਆ ਇੱਧਰ ਵੀ ਪ੍ਰਸ਼ਾਦ ਚੜਾਉਣੇ ਆ ਇੱਧਰ ਵੀ ਆਪਾਂ ਆਪਾਂ ਸਤਿਗੁਰੂ ਨੂੰ ਕੋਈ ਆਪਾਂ ਦੰਨੇ ਆ ਰਿਸ਼ਵਤ ਦੰਨੇ ਆ ਪਰ ਉਧਰ ਵੀ ਕੇ ਬੰਦੇ ਕੋਈ ਪੁੱਛੀਏ ਸਿਆਣੇ ਕੋਈ ਜਿਹੜੇ ਬੜੇ-ਬੜੇ ਰੋਗ ਠੀਕ ਕਰਦੇ ਹਨ ਉੱਥੇ ਅਰਦਾਸ ਕਬੂਲ ਹੁੰਦੀ ਨਹੀਂ ਐ ਉੱਥੇ ਅਰਦਾਸ ਨਹੀਂ ਕਬੂਲ ਹੁੰਦੀ ਕਿਉਂਕਿ ਸਤਗੁਰ ਨੇ ਐਡ ਕੀਤਾ ਜਨ ਕੀ ਅਰਦਾਸ ਆਪਾ ਰੋਜੀ ਪਰਦਿਨਾ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਕਨੇਰੇ ਉਹ ਪਿਤਾ ਹੈ ਮਾਤਾ ਹੈ ਸਾਡੀ ਅਸੀਂ ਉਹਦੇ ਬੱਚੇ ਆ ਤੇ ਜਿਹੜਾ ਇਹ ਮੰਨ ਲੈਂਦਾ ਨਾ ਕਿ ਉਹ ਸਾਡਾ ਪਿਓ ਆ ਤੇ ਉਹ ਸਾਡੀ ਮਾਂ ਆ ਉਹ ਸਾਡੀ ਪਾਲਣ ਪੋਸ਼ਣ ਕਰਦੀ ਆ ਫਿਰ ਉਹ ਸਾਰ ਕਰਦਾ ਹੈ ਫਿਰ ਉਹਦੀ ਕਿਰਪਾ ਜਿੱਤ ਹੁੰਦੀ ਨਾ ਹਨੇਰੇ ਸੁੱਖ ਬੜੇ ਸੰਘਣੇ ਸੁੱਖ ਸੱਖਾਂ ਦੀ ਬਰਸਾਤ ਆਨੰਦ ਦੀ ਬਰਸਾਤ ਝੜੀ ਉਹਦੇ ਘਰ ਲੱਗ ਜਾਂਦੀ ਹੈ ਇੰਨੀਆਂ ਬਰਕਤਾਂ ਹੋ ਜਾਂਦੀਆਂ ਉਹਦੇ ਘਰ ਪਰ ਬਸ਼ਰਤੇ ਉਹ ਆਪਣਾ ਪਿਓ ਮੰਨੇ ਆਪਣੀ ਮਾਂ ਮੰਨੇ ਉਸ ਰੱਬ ਨੂੰ ਪੂਰਾ ਅੰਤਰ ਆਤਮੇ ਨਾਲ ਉਹਦੀ ਸ਼ਰਣ ਵਿੱਚ ਆਵੇ ਤੇ ਅਰਦਾਸ ਕਰੇ ਵੱਡੇ ਤੋਂ ਵੱਡੇ ਦੁੱਖ ਵੱਡੇ ਤੋਂ ਵੱਡੇ ਕਸ਼ਟ ਵੀ ਦੂਰ ਹੋਣਗੇ ਦੂਰ ਹੋਣਗੇ ਹੋਣਗੇ ਹੁੰਦੇ ਨੇ ਦੂਰ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਦੀ ਨਾ ਦੀ ਮੋਹਰ ਲਾ ਕੇ ਕਹਿੰਦੇ ਆ ਨਾ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਐ ਨਾਨਕ ਸਾਰੇ ਪਾਸੇ ਜੋਰ ਉਸ ਗੋਵਿੰਦ ਦਾ ਹੀ ਆ ਜੋ ਤਾਣਾ ਬਾਣਾ ਬਣਾਇਆ ਹੈ ਨਾ ਉਸ ਪ੍ਰਮਾਤਮਾ ਨੇ ਬਣਾਇਆ ਹਰ ਪਾਸੇ ਬਲ ਤਾਣ ਸਾਰਾ ਪ੍ਰਮਾਤਮਾ ਦਾ ਹੀ ਆ ਤੇ ਜੇ ਪ੍ਰਮਾਤਮਾ ਦਾ ਹੀ ਤਾਣ ਹੈ ਪ੍ਰਮਾਤਮਾ ਦਾ ਹੀ ਬਲ ਹੈ ਤੇ ਫਿਰ ਉਹਦੀ ਪੂਜਾ ਕਰੀਏ ਉਹਨੂੰ ਨਮਸਕਾਰ ਕਰੀਏ ਉਹਦੇ ਕਹਿਣੇ ਤੇ ਚੱਲੀਏ ਨਾਨਕ ਜੋਰ ਗੋਵਿੰਦ ਕਾ ਪੂਰਨ ਗੁਣਤਾਸ ਜਿਹੜਾ ਪੂਰੇ ਗੁਣਾ ਨਾਲ ਭਰਿਆ ਹੋਇਆ ਹੈ ਪ੍ਰਮਾਤਮਾ ਗੁਣਾ ਦਾ ਖਜ਼ਾਨਾ ਹੈ ਤੇ ਸਾਰੇ ਬੰਨੇ ਤਾਕਤ ਉਹਦੀ ਚੱਲਦੀ ਹੈ ਸਾਰੇ ਬੰਨੇ ਤਾਕਤ ਸਾਰੇ ਬਨੇ ਤਾਕਤ ਉਹਦੀ ਚੱਲਦੀ ਹੈ ਤੇ ਜੇ ਫਿਰ ਐਸਾ ਤਾਕਤਵਰ ਕੋਈ ਸਾਨੂੰ ਮਿਲ ਜਾਵੇ ਐਸੇ ਤਾਕਤਵਰ ਦਾ ਸਹਾਰਾ ਸਾਨੂੰ ਮਿਲ ਜਾਵੇ ਫਿਰ ਕੋਈ ਸਾਡਾ ਵਾਲਵਿੰਗਾ ਕਰ ਸਕਦਾ ਹੈ ਜੀ ਤੇ ਜਿਨ੍ਹਾਂ ਨੇ ਸਹਾਰਾ ਲਿਆ ਨਾ ਉਹ ਫਿਰ ਤਤੀ ਤਵੀ ਤੇ ਵੀ ਬਹਿ ਗਏ ਸੀ ਨਹੀਂ ਕੀਤੀ ਆਰੇ ਨਾ ਵੀ ਚੀਰੇ ਗਏ ਸਹੀ ਨਹੀਂ ਕੀਤੀ ਬੰਦ ਬੰਦ ਕੱਟੇ ਗਏ ਉਹਨਾਂ ਨੇ ਸੀ ਨਹੀਂ ਕੀਤੀ ਖੂਪਰ ਲੱਤ ਗਏ ਉਹਨਾਂ ਨੇ ਸੀ ਨਹੀਂ ਕੀਤੀ ਕਿਉਂ ਕਿ ਸ਼ਰਨ ਵਿੱਚ ਆ ਗਏ ਉਹਨਾਂ ਨੇ ਉਸ ਅੱਗੇ ਅਰਦਾਸ ਕੀਤੀ ਬੇਨਤੀ ਕੀਤੀ ਕਿਉਂਕਿ ਪਤਾ ਕਿ ਉਹ ਸਭ ਤੋਂ ਵੱਡਾ ਤਾਕਤਵਰ ਉਹੀ ਅਰਬੀ ਹੈ ਪਰਮਾਤਮਾ ਹੈ ਉਹੀ ਪੈਦਾ ਕਰਦਾ ਉਹੀ ਮਾਰਦਾ ਹੈ ਤੇ ਜੇ ਉਹਦੇ ਅੱਗੇ ਆਪਾਂ ਟੈਪ ਹੀ ਹੈ ਫਿਰ ਕੀ ਹੋਵੇਗਾ ਫਿਰ ਜੋ ਕੁਝ ਵੀ ਉਹਨੇ ਕਰਨਾ ਉਹ ਹੀ ਕਰਨਾ ਇਸ ਵੇਲੇ ਇੰਨੇ ਕ ਬਚਨ ਪ੍ਰਵਾਨ ਕਰਨੇ ਕਿ ਸ਼ਬਦ ਦੀ ਵਿਚਾਰ ਕਰਦੇ ਆ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ ਅੱਜ ਦਾ ਸ਼ਬਦ ਸੀ ਕਿ ਵਿਸ਼ਵਾਸ ਰੱਖਿਓ ਡਿੜ੍ਹ ਵਿਸ਼ਵਾਸ ਰੱਖਿਓ ਅਰਦਾਸ ਬੇਨਤੀ ਕਰਿਓ ਉਸ ਪ੍ਰਮਾਤਮਾ ਅੱਗੇ ਸਾਡੇ ਸਾਰੇ ਰੋਗ ਤਕਲੀਫਾਂ ਦੂਰ ਹੋਣਗੀਆਂ ਸੁਖ ਸ਼ਾਂਤੀ ਸਾਡੇ ਘਰ ਵਿੱਚ ਆਵੇਗੀ ਪ੍ਰਮਾਤਮਾ ਦੇ ਦੱਸੇ ਹੋਏ ਰਸਤੇ ਤੇ ਚੱਲੀਏ ਸਾਰੇ ਗੁਰੂ ਵਾਲੇ ਬਣੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ਼ਰਣ ਵਿੱਚ ਆ ਜਾਈਏ ਇੰਨੇ ਕ ਸੇਵਾ ਪ੍ਰਵਾਨ ਕਰਨੀ ਦਾਸਤੀਆਂ ਭੁੱਲਾਂ ਦਾਸਤੀ ਝੋਲੀ ਵਿੱਚ ਪਾਉਣੀ ਆ ਅੱਗੇ ਤੋਂ ਅਸੀਸ ਬਖਸ਼ਨੀ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਜੀ ਅਸੀਸ ਬਖਸ਼ਣ ਦੇਹੁ ਫਤਿਹ ਦਾ ਜਵਾਬ ਫਤਿਹ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ